ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਜਾਂ ਸਪਾਊਸ ਵੀਜ਼ਾ ਦੀ ਇੰਟਰਵਿਊ ਕਿੱਦਾਂ ਦੀ ਹੁੰਦੀ ਆ, ਉਹਦੇ ਵਿੱਚ ਕੀ ਕੁਐਸਚਨ ਪੁੱਛਦੇ ਆ। ਪੂਰੀ ਵੀਡੀਓ ਧਿਆਨ ਨਾਲ ਸੁਣਿਓ, ਤੁਹਾਨੂੰ ਕੁਐਸਚਨ ਵੀ ਪੂਰੇ ਦੱਸਾਂਗੇ, ਤਾਂ ਉਹਨਾਂ ਨੇ ਕਿਹੜੇ ਕਿਹੜੇ ਸਵਾਲ ਪੁੱਛਣੇ ਆ ਉਹਦਾ ਵੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਜਵਾਬ ਦੇ ਸਕਦੇ ਆ। ਚਲੋ ਸ਼ੁਰੂ ਕਰਦੇ ਹਾਂ। ਫਸਟ, ਉਹਨਾਂ ਦਾ ਤੁਹਾਡੀ ਜਿਹੜੀ ਇੰਟਰਵਿਊ ਆ ਉਹ ਯੂਨੀਵਰਸਿਟੀ ਵੀ ਕਰ ਸਕਦੀ ਆ। ਕਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਹੈਗੀਆਂ ਜਿਹੜੀਆਂ ਖੁਦ ਇੰਟਰਵਿਊ ਲੈਂਦੀਆਂ ਸਟੂਡੈਂਟ ਦਾ ਕਿ ਇਹਨਾਂ ਦਾ ਕੇਸ ਜੈਨੂਅਨ ਆ ਜਾਂ ਕਿੱਦਾਂ ਆ, ਅਤੇ ਕਈ ਵੇਲੇ ਅੰਬੈਸੀ ਜਾਂ ਇਮੀਗ੍ਰੇਸ਼ਨ 'ਚੋਂ ਵੀ ਕਾਲ ਆ ਜਾਂਦੀ ਹੁੰਦੀ ਆ ਇੰਟਰਵਿਊ ਵਾਸਤੇ, ਅਤੇ ਜੇ ਉਹਨਾਂ ਨੂੰ ਕੋਈ ਡਾਊਟ ਹੋਵੇ ਫਾਈਲ ਲੋਜੋਂ ਤੋਂ ਬਾਅਦ ਹੀ ਆਉਂਦੀ ਹੁੰਦੀ ਆ। ਅਤੇ ਕਿਹੜੇ ਕਿਹੜੇ ਸਵਾਲ ਉਹ ਪੁੱਛਦੇ ਆ ਮੇਨ, ਤੁਸੀਂ ਕੀ ਯਾਦ ਰੱਖਣਾ ਆ, ਕਿਹਦੇ ਬਾਰੇ ਉਹਨਾਂ ਨੇ ਪੁੱਛਣਾ ਉਹ ਤੁਹਾਨੂੰ ਦੱਸਦੇ ਹਾਂ। ਫਸਟ, ਉਹਨਾਂ ਨੇ ਆਪਣਾ ਜਿਹੜਾ ਸਟੇਟਮੈਂਟ ਆਫ ਪਰਪਸ ਹੁੰਦੀ ਐਸ ਓ ਪੀ, ਉਹਨੂੰ ਧਿਆਨ ਵਿੱਚ ਅਸੀਂ ਰੱਖਣਾ, ਉਹਨੂੰ ਯਾਦ ਰੱਖਣਾ ਆ। ਜਿਹੜੇ ਵੀ ਕੁਐਸਚਨ ਉਹਨਾਂ ਨੇ ਪੁੱਛਣੇ ਆ ਉਹ ਸਾਰੇ ਉਹਦੇ ਵਿੱਚ ਲਿਖੇ ਹੁੰਦੇ ਆ। ਸਟੇਟਮੈਂਟ ਆਫ ਪਰਪਸ ਕੰਸਲਟੈਂਟ ਤੋਂ ਜਾਂ ਆਪਣੇ ਏਜੰਟ ਤੋਂ ਜ਼ਰੂਰ ਪੁੱਛੋ। ਜੇ ਆਪ ਅਸੀਂ ਫਾਈਲ ਲੌਂਚ ਕਰਦੇ ਪਏ ਆਪਣਾ ਸਾਰਾ ਕੁਝ ਆਪ ਕਰਦੇ ਹਾਂ, ਫਿਰ ਤੁਹਾਨੂੰ ਸਾਰਾ ਕੁਝ ਪਤਾ ਹੀ ਹੋਣਾ ਆ। ਅਤੇ ਫਸਟ ਤਾਂ ਉਹਨਾਂ ਦਾ ਕੁਐਸਚਨ ਇਹ ਹੁੰਦਾ ਕਿ ਤੁਸੀਂ ਸਟੱਡੀ ਆਸਟ੍ਰੇਲੀਆ 'ਚ ਹੀ ਕਰਨ ਬਾਰੇ ਕਿਉਂ ਸੋਚਿਆ ਆ, ਕੈਨੇਡਾ ਅਮੈਰੀਕਾ ਇਹਨਾਂ ਬਾਰੇ ਕਿਉਂ ਨਹੀਂ ਸੋਚਿਆ ਹੈ। ਇਹਦਾ ਆਨਸਰ ਸਾਡੀ ਐਸ ਓ ਪੀ 'ਚ ਦਿੱਤਾ ਹੁੰਦਾ ਆ ਉਹਨਾਂ, ਇਹ ਤਾਂ ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣਾ ਉਹਨਾਂ ਨੇ ਕੀ ਲਿਖਿਆ ਆ। ਅਤੇ ਉਹਨਾਂ ਨੇ ਹੋਰ ਸੈਕਿੰਡ ਕੁਐਸਚਨ ਇਹ ਹੁੰਦਾ ਆ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿਣਾ ਆ ਸਟੱਡੀ ਤੋਂ ਬਾਅਦ ਜਾਂ ਨਹੀਂ ਰਹਿਣਾ ਆ। ਜੇ ਸਟੱਡੀ ਤੁਹਾਡੀ ਖਤਮ ਹੋ ਗਈ ਆ ਉਸ ਤੋਂ ਬਾਅਦ ਕੰਟੀਨਿਊ ਆਪਣੀ ਸਟੱਡੀ ਕਰਨੀ ਆ, ਕੋਈ ਹੋਰ ਕੋਰਸ ਲੈਣਾ ਆਸਟ੍ਰੇਲੀਆ ਦੇ ਵਿੱਚ ਜਾਂ ਨਹੀਂ ਲੈਣਾ, ਅਤੇ ਤੁਹਾਡੇ ਕੋਰਸ ਬਾਰੇ ਪੁੱਛ ਸਕਦੇ ਆ ਕਿਹੜਾ ਕੋਰਸ ਆ, ਕੋਰਸ ਦੀ ਡਿਊਰੇਸ਼ਨ ਪੁੱਛ ਸਕਦੇ ਆ ਕਿੰਨਾ ਟਾਈਮ ਚੱਲਣਾ ਆ, ਕਿੰਨੇ ਚਿਰ ਦਾ ਆ, 2 ਸਾਲ ਦਾ ਆ, 3 ਸਾਲ ਦਾ, ਡਿਪਲੋਮਾ ਕਿੱਦਾਂ ਆ। ਫਿਰ ਕੋਰਸ ਬਾਰੇ ਪੁੱਛਣਾ ਆ ਉਹਨਾਂ ਨੇ, ਅਤੇ ਤੁਹਾਡੇ ਕੋਰਸ ਦੀ ਫੀਸ ਬਾਰੇ ਪੁੱਛਣਾ ਆ, ਟੋਟਲ ਫੀਸ ਕਿੰਨੀ ਆ, ਕਿੰਨੀ ਪੇ ਕੀਤੀ ਆ, ਤੁਹਾਡੇ ਟੋਟਲ ਕੋਸਟ ਕਿੰਨੀ ਆ ਕੋਰਸ ਦੀ, ਤੁਹਾਡੀ ਯੂਨੀਵਰਸਿਟੀ ਕਿਹੜੀ ਆ, ਤੁਸੀਂ ਇਹ ਯੂਨੀਵਰਸਿਟੀ ਕਿਉਂ ਚੂਜ਼ ਕੀਤੀ ਆ। ਇਹ ਕੁਐਸਚਨ ਮੇਨ ਹੁੰਦੇ ਆ ਜਿਹੜੇ ਇੰਟਰਵਿਊ ਜਦੋਂ ਆਉਂਦੀ ਆ ਇਹ ਪੁੱਛ ਸਕਦੇ ਆ ਉਹ। ਫਸਟ ਆਪਾਂ ਹੋਰ ਮੇਨ ਉਹਨਾਂ ਦਾ ਹੁੰਦਾ ਕਿ ਸਪੋਂਸਰ ਤੁਹਾਡੀ ਸਟੱਡੀ ਕਿਸਨੇ ਕੀਤੀ ਆ, ਮੇਨ ਇਹ ਕੁਐਸਚਨ ਪੁੱਛਦੇ ਹੁੰਦੇ ਆ ਕਿ ਹੂ ਇਜ਼ ਦਾ ਸਪੋਂਸਰ ਆਫ ਯੂਅਰ ਸਟੱਡੀਜ਼, ਫੋਰ ਯੂਅਰ ਸਟੱਡੀਜ਼, ਤੁਹਾਡੇ ਪੇਰੈਂਟਸ ਆ, ਤੁਹਾਡੇ ਇਨ ਲੋਜ਼ ਆ ਜਾਂ ਤੁਹਾਡਾ ਕੋਈ ਹੋਰ ਰੈਲੇਟਿਵ ਆ, ਉਹਨਾਂ ਨੇ ਇਹ ਪੁੱਛਣਾ ਆ। ਉਹਨਾਂ ਦਾ ਬਿਜ਼ਨਸ ਕੀ ਆ ਇਹ ਪੁੱਛ ਸਕਦੇ ਆ, ਆਪਾਂ ਮੈਂਸ਼ਨ ਕੀਤਾ ਹੁੰਦਾ ਹੈ ਇਸ ਕਰਕੇ ਉਹ ਯਾਦ ਰੱਖਣਾ ਪਜ਼ਲ ਨਹੀਂ ਹੋਣਾ ਹੈਗਾ, ਬਸ ਉਹ ਕਨਫਰਮ ਕਰਦੇ ਹੁੰਦੇ ਆ ਕਿ ਜੋ ਫਾਈਲ ਦੇ ਵਿੱਚ ਲਿਖਿਆ ਇਹਨਾਂ ਨੂੰ ਪਤਾ ਹੈ ਜਾਂ ਨਹੀਂ ਹੈਗਾ, ਇਹ ਸਟੂਡੈਂਟ ਜੈਨੂਅਨ ਹੈਗੇ ਆ ਜਾਂ ਨਹੀਂ ਹੈਗੇ ਆ। ਜੇ ਕੋਈ ਫਾਈਲ 'ਚ ਡਾਊਟ ਹੋਵੇ ਫਿਰ ਹੀ ਉਹਨਾਂ ਦੀ ਕਾਲ ਆਉਂਦੀ ਹੁੰਦੀ, ਅਦਰਵਾਈਜ਼ ਨਹੀਂ ਆਉਂਦੀ। ਸਾਡੀ ਕਾਲ ਕੋਈ ਇੰਟਰਵਿਊ ਲਈ ਕੋਈ ਕਾਲ ਨਹੀਂ ਆਈ ਸੀਗੀ, ਪ੍ਰਪੇਅਰ ਅਸੀਂ ਪੂਰਾ ਕੀਤਾ ਸੀਗਾ, ਸਾਡੀ ਕੋਈ ਇੰਟਰਵਿਊ ਨਹੀਂ ਹੋਈ ਸੀਗੀ। ਇਸ ਕਰਕੇ ਉਹ ਕੁਐਸਚਨ ਜਿਹੜੇ ਆ ਉਹ ਤੁਹਾਨੂੰ ਮੇਨ ਮੇਨ ਦੱਸ ਦਿੰਦੇ ਆ, ਕਿਉਂਕਿ ਜਿਹਨਾਂ ਦੀ ਇੰਟਰਵਿਊ ਆਈ ਆ ਇਹਨਾਂ ਦੇ ਨਾਲ ਜਿਹੜੀਆਂ ਇਹਨਾਂ ਦੀ ਫਰੈਂਡਸ ਆ ਉਹਨਾਂ ਦੀ ਕਈਆਂ ਦੀ ਇੰਟਰਵਿਊ ਆਈ ਸੀਗੀ, ਉਹਨਾਂ ਨੇ ਫਿਰ ਸਾਨੂੰ ਕੁਐਸਚਨ ਵਗੈਰਾ ਦੱਸੇ ਸੀਗੇ ਅਤੇ ਉਹੀ ਤੁਹਾਨੂੰ ਦੱਸ ਰਹੇ ਹਾਂ। ਫਿਰ ਉਹਨਾਂ ਨੇ ਇਹ ਪੁੱਛਣਾ ਕਿ ਆਸਟ੍ਰੇਲੀਆ ਕਿਉਂ ਜਾ ਰਹੇ ਹੋ, ਉਹ ਵੀ ਤੁਸੀਂ ਜੈਨੂਅਨ ਜਿਹਾ ਆਨਸਰ ਦੇਣਾ ਹੈ ਜੋ ਉਹਨਾਂ ਨੇ ਦੱਸਿਆ ਹੋਇਆ ਕਿ ਕਿਉਂ ਆ ਰਹੇ ਹੋ, ਸਟੱਡੀ ਤੋਂ ਬਾਅਦ ਉੱਥੇ ਕੀ ਕਰਨਾ, ਰਹਿਣਾ ਜਾਂ ਤੁਸੀਂ ਨਹੀਂ ਰਹਿਣਾ ਉੱਥੋਂ। ਫਿਰ ਉਸ ਤੋਂ ਬਾਅਦ ਵੀਜ਼ਾ ਕੰਡੀਸ਼ਨ ਆਪਣੀਆਂ ਯਾਦ ਰੱਖਣੀਆਂ ਕਿ ਵੀਜ਼ਾ ਕੰਡੀਸ਼ਨ ਸਾਡੀਆਂ ਉਹਨਾਂ ਨੇ ਪੁੱਛ ਸਕਦੇ ਆ ਸਾਨੂੰ, ਕਿੰਨੇ ਟਾਈਮ ਤੁਹਾਨੂੰ ਅਲਾਊਡ ਆ ਕੰਮ ਕਰਨਾ, ਕਿੰਨੇ ਟਾਈਮ ਤੁਸੀਂ ਕੰਮ ਨਹੀਂ ਕਰ ਸਕਦੇ ਆ, ਉਹ ਯਾਦ ਰੱਖਣਾ ਆ। ਇੰਟਰਵਿਊ ਦਾ ਮੇਨ ਮੋਟਿਵ ਇਹੀ ਹੁੰਦਾ ਆ, ਉਹਨਾਂ ਨੇ ਕਨਫਰਮ ਕਰਨਾ ਹੁੰਦਾ ਜੋ ਵੀ ਸਾਡੀ ਫਾਈਲ ਦੇ ਵਿੱਚ ਆ ਸਾਰਾ ਕੁਝ ਸਾਨੂੰ ਪਤਾ ਹੈਗਾ ਆ, ਜਾਂ ਕੰਸਲਟੈਂਟ ਹੀ ਸਾਰਾ ਕੁਝ ਕਰਦਾ ਪਿਆ, ਏਜੰਟ ਹੀ ਸਾਰਾ ਕੁਝ, ਇਹੀ ਮੇਨ ਉਹਨਾਂ ਨੇ ਕਰਨਾ ਹੁੰਦਾ ਆ। ਜੋ ਵੀ ਹੋਇਆ ਉਹ ਤੁਹਾਡੀ ਐਸ ਓ ਪੀ 'ਚ ਹੋਣਾ ਆ, ਤੁਹਾਨੂੰ ਸਾਰਾ ਕੁਝ ਪਤਾ ਹੋਣਾ, ਜੈਨੂਅਨ ਫਾਈਲ ਲੱਗਣੀ ਆ, ਤੁਹਾਡੀ ਸਟੂਡੈਂਟ ਵੀਜ਼ਾ ਆ ਜਾਂ ਸਪਾਊਸ ਵੀਜ਼ਾ ਆ, ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗਾ, ਕਾਮ ਰਹਿਣਾ ਆ, ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਆ। ਉਹਨਾਂ ਨੇ ਉਹੀ ਕੁਐਸਚਨ ਪੁੱਛਣੇ ਆ ਜੋ ਅਸੀਂ ਉਹਨਾਂ ਨੂੰ ਫਾਈਲ ਦੇ ਵਿੱਚ ਦੱਸਿਆ ਕਿ ਅਸੀਂ ਸਾਡਾ ਕੀ ਕਾਰੋਬਾਰ ਆ ਅਤੇ ਸਾਡਾ ਸਪੋਂਸਰ ਕੌਣ ਕਰਦਾ ਪਿਆ। ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ, ਐਸ ਓ ਪੀ ਆਪਣੀ ਚੰਗੀ ਤਰ੍ਹਾਂ ਧਿਆਨ ਨਾਲ ਰੱਖਿਓ, ਹੋ ਸਕੇ ਜੋ ਵੀ ਸਾਡੀ ਐਸ ਓ ਪੀ 'ਚ ਲਿਖਿਆ ਪਿਆ ਆ ਇੱਕ ਆਪਣਾ ਪੇਪਰ ਲੈ ਲਓ, ਉਹਦੇ ਵਿੱਚ ਲਿਖ ਕੇ ਰੱਖ ਸਕਦੇ ਹਾਂ, ਉਹਨੂੰ ਹਰ ਵਕਤ ਆਪਣੇ ਪੋਕਿਟ 'ਚ ਰੱਖ ਸਕਦੇ, ਆਪਣੇ ਕੋਲ ਰੱਖ ਸਕਦੇ ਹਾਂ ਜਿੱਥੇ ਮਰਜ਼ੀ ਜਾਣਾ ਹੋਵੇ। ਜਦੋਂ ਫਾਈਲ ਲੌਂਚ ਹੁੰਦੀ ਆ ਉਹ ਤੋਂ 10-15 ਦਿਨ ਦਾ ਟਾਈਮ ਹੁੰਦਾ ਆ ਰਿਜ਼ਲਟ ਦਾ, ਉਹਦੇ ਵਿੱਚ ਵਿੱਚ ਕਾਲ ਆਉਂਦੀ ਹੁੰਦੀ ਆ, ਅਤੇ ਅਵੋਇਡ ਕਰਿਓ ਕਿਤੇ ਜਾਣ ਤੋਂ। ਅਸੀਂ ਜਦੋਂ ਸਾਡੀ ਆਈ ਸੀਗੀ ਅਸੀਂ ਕਿਤੇ ਨਹੀਂ ਜਾਂਦੇ ਹੁੰਦੇ ਸੀ, ਫੋਨ 24 ਘੰਟੇ ਸਾਡੇ ਕੋਲ ਰਹਿੰਦਾ ਸੀਗਾ, ਅਤੇ ਇਹ ਹੁੰਦਾ ਸੀਗਾ ਕਿ ਕਦੇ ਵੀ ਕਾਲ ਆਵੇ ਅਸੀਂ ਬਾਹਰ ਨਾ ਹੋਈਏ, ਟ੍ਰੈਫਿਕ 'ਚ ਨਾ ਹੋਈਏ, ਕੁਛ ਸੁਣੇ ਨਾ, ਇਸ ਕਰਕੇ ਉਨੇ ਦੇਰ ਅਵੋਇਡ ਕਰੋ ਬਾਹਰ ਜਾਣ ਤੋਂ ਜਦੋਂ ਤੱਕ ਆਪਣਾ ਇੰਟਰਵਿਊ ਨਹੀਂ ਆਉਂਦਾ। ਅਤੇ ਇਹ ਲੱਕ 'ਤੇ ਡਿਪੈਂਡ ਕਰਦਾ ਕਿ ਇੰਟਰਵਿਊ ਆਵੇ, ਕਾਲ ਆਵੇ ਜਾਂ ਨਹੀਂ ਆਵੇ। ਇਹ ਜਿੰਨੇ ਵੀ ਹੋਇਆ ਆ ਕਿ ਅਸੀਂ ਵੀ ਜਿੱਦਾਂ ਪ੍ਰਪੇਅਰ ਕੀਤਾ ਸੀਗਾ, ਸਾਨੂੰ ਵੀ ਉਹਨਾਂ ਨੇ ਕਾਫੀ ਕਿਹਾ ਸੀਗਾ ਕਿ ਇੰਟਰਵਿਊ ਆਉਣੀ ਆ, ਜੋ ਮਰਜ਼ੀ ਹੋ ਜਾਓ ਇੰਟਰਵਿਊ ਆਊਗੀ, ਪਰ ਆਈ ਨਹੀਂ ਸੀਗੀ। ਅਤੇ ਐਸ ਓ ਪੀ ਦੇ ਕੁਐਸਚਨ ਹੁੰਦੇ ਆ ਕਿ
ਉਹਨਾਂ ਨੇ ਪੁੱਛਦੇ ਹੁੰਦੇ ਆ ਕਿ ਤੁਹਾਡਾ ਕੋਈ ਤੁਸੀਂ ਪਹਿਲਾਂ ਕਿਤੇ ਅਪਲਾਈ ਕੀਤਾ ਸਟੱਡੀ ਬਾਰੇ, ਤੁਹਾਡਾ ਕੋਈ ਰਿਫਿਊਜ਼ਲ ਤਾਂ ਨਹੀਂ ਹੈਗਾ, ਜੇ ਆਪਣੇ ਸਪਾਊਸ 'ਤੇ ਆਏ ਆ ਕਿ ਸਪਾਊਸ ਨੇ ਤਾਂ ਨਹੀਂ ਕਿਤੇ ਹੋਰ ਅਪਲਾਈ ਕੀਤਾ ਕਿਸੇ ਕੰਟਰੀ ਵਾਸਤੇ ਜਾਂ ਸਟੱਡੀ ਵਾਸਤੇ, ਉਹਨਾਂ ਦਾ ਕੋਈ ਰਿਫਿਊਜ਼ਲ ਤਾਂ ਨਹੀਂ ਹੈਗਾ ਆ, ਤੁਸੀਂ ਕਿਤੇ ਫਾਈਲ ਲਗਾਈ ਤਾਂ ਨਹੀਂ ਹੈਗੀ ਆ, ਜਲ ਹਾਂ ਫਸਟ ਟਾਈਮ ਆ ਜਾਂ ਜਿੱਦਾਂ ਵੀ ਹੈਗਾ ਆ, ਫਿਰ ਉਹਨਾਂ ਨੇ ਇਹ ਪੁੱਛਣਾ ਕਿ ਤੁਹਾਡੇ ਕੋਈ ਰਿਲੇਟਿਵਸ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਤਾਂ, ਜਾਂ ਸਪਾਊਸ ਕੇਸ 'ਤੇ ਆਉਂਦੇ ਪਏ ਆ, ਤੁਹਾਡੇ ਸਪਾਊਸ ਦੇ ਹੈਗੇ ਆ, ਤੁਹਾਡੇ ਪੁੱਛ ਸਕਦੇ ਆ ਕਿ ਇਹ ਕੰਟਰੀ ਕਿਉਂ ਚੂਜ਼ ਕੀਤੀ ਆ, ਕੋਰਸ ਬਾਰੇ ਪੁੱਛ ਸਕਦੇ ਆ, ਇਹੀ ਕੁਛ ਹੁੰਦਾ ਆ, ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ, ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਕੌਨਫੀਡੈਂਸ ਹੋ ਕੇ ਸਾਰਾ ਆਨਸਰ ਦੇਣੇ ਆ ਜਿਹੜੇ ਵੀ ਉਹ ਪੁੱਛੂਗੇ। ਬਾਕੀ ਇਮੀਗ੍ਰੇਸ਼ਨ ਵਾਲੇ ਕੀ ਕੁਐਸਚਨ ਪੁੱਛਦੇ ਆ, ਉਹਦੀ ਇੰਟਰਵਿਊ ਕਿੱਦਾਂ ਦੀ ਹੁੰਦੀ ਆ ਜਦੋਂ ਅਸੀਂ ਆਸਟ੍ਰੇਲੀਆ ਆ ਜਾਂਦੇ ਹਾਂ, ਉਹ ਅਸੀਂ ਨੈਕਸਟ ਵੀਡੀਓ 'ਚ ਦੱਸਾਂਗੇ, ਕਿਉਂਕਿ ਇਸ ਤਰ੍ਹਾਂ ਫਿਰ ਵੀਡੀਓ ਲੰਬੀ ਹੋ ਜਾਣੀ ਆ ਅਤੇ ਪੁਆਇੰਟ ਵੀ ਫਿਰ ਯਾਦ ਨਹੀਂ ਰਹਿੰਦੇ ਹੈਗੇ ਆ। ਵੀਡੀਓ ਵਧੀਆ ਲੱਗੀ ਹੈਗੀ ਆ ਤਾਂ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ।